ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ? ਅਮੀਰ ਕਾ ਤਾਂ ਬਿਲਕੁਲ ਠੀਕ ਹੋਵੋਗੇ। ਤਾਰਾ ਜੀ, ਤੁਹਾਡੇ ਵਾਸਤੇ ਇੱਕ ਬਹੁਤ ਸਾਰੇ ਬੱਚਿਆਂ ਨੇ ਨਾ ਕੀ ਸਵਾਲਾਂ ਦੇ ਜਵਾਬ ਦੇਣੇ ਸੀ ਮੈਂ, ਕਿਉਂਕਿ ਬਹੁਤ ਬੱਚੇ ਮੈਨੂੰ ਵਾਰ ਵਾਰ ਕਾਲ ਕਰ ਰਹੇ ਆ, ਵਾਰੀ ਵਾਰੀ ਮੈਸੇਜ ਆ ਰਿਹਾ ਬੱਚਿਆਂ ਦੇ ਕਿ ਥੋੜ੍ਹੇ ਦਿਨ ਪਹਿਲਾਂ ਰਾਜੇ ਮੈਂ ਇੱਕ ਭਰਤੀ ਦੀ ਅਪਡੇਟ ਪਾਈ ਸੀਗੀ, ਠੀਕ ਹੈ ਜੀ, ਜਿਹਦੇ ਵਿੱਚ ਫਾਇਰਮੈਨ ਦੀ ਭਰਤੀ ਵੀ ਸੀ, PM ਦੀ ਭਰਤੀ ਵੀ ਸੀ ਅਤੇ ਅਦਰ ਹੋਰ ਵੀ ਉਹਦੇ ਵਿੱਚ ਕੁੱਕ ਵਗੈਰਾ, ਡਰਾਈਵਰ ਵਗੈਰਾ, ਕਾਫੀ ਉਹਦੇ ਵਿੱਚ ਗਰੁੱਪ ਡੀ ਦੀਆਂ ਭਰਤੀਆਂ ਸੀਗੀਆਂ। ਅਤੇ ਮੈਂ ਤੁਹਾਨੂੰ ਉਹਦਾ ਵਿਗਿਆਪਨ ਨੰਬਰ ਵੀ ਦੱਸਿਆ ਸੀਗਾ ਕਿ ਭਾਈ ਆਹ ਉਹਦਾ ਵਿਗਿਆਪਨ ਨੰਬਰ ਹੈਗਾ। ਅਤੇ ਬਹੁਤ ਸਾਰੇ ਬੱਚਿਆਂ ਨੇ ਪੁੱਛਣਾ ਜੀ ਉਹ ਭਰਤੀ ਹਜੇ ਤੱਕ ਔਨਲਾਈਨ ਨਹੀਂ ਹੋਈ, ਕੀ ਕਾਰਨ ਹੈ ਜਾਂ ਭਰਤੀ ਔਨਲਾਈਨ ਹੋ ਗਈ ਸਾਨੂੰ ਨਹੀਂ ਪਤਾ ਲੱਗਿਆ, ਉਹਦੇ ਬਾਰੇ ਗੱਲ ਕਰਦੇ ਹਾਂ ਵੀਡੀਓ ਦੇ ਵਿੱਚ। ਉਸ ਤੋਂ ਪਹਿਲਾਂ ਰਾਜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 15 ਤਰੀਕ ਤੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੱਕ ਜੀ ਆਪਣੇ ਸਾਰੇ ਬੈਚਾਂ ਦੇ 75% ਔਫ ਹੈਗਾ, ਚਾਹੇ ਪੰਜਾਬ ਪੁਲਿਸ ਦਾ, ਚਾਹੇ BDO ਦਾ, ਚਾਹੇ ਕਲਰਕ ਦਾ, ਚਾਹੇ ਪਟਵਾਰੀ ਦਾ, ਚਾਹੇ ਤੁਸੀਂ ਆਲ ਜਿਹੜੇ ਬੱਚਿਆਂ ਨੇ ਕਰਨੇ ਨੇ, ਜਿਹੜੇ ਬੱਚੇ ਕਹਿੰਦੇ ਸੀ ਗਰੁੱਪ ਡੀ ਦੇ ਪੇਪਰ ਦੀ ਤਿਆਰੀ ਕਰਨੀ ਹੈ ਜੀ ਸਪੈਸ਼ਲ, ਜਾਂ ਕਿਸੇ ਹੋਰ ਕਿਸੇ ਪੇਪਰ ਦੀ ਤਿਆਰੀ, ਤੁਸੀਂ ਆਲ ਪੰਜਾਬ ਐਗਜ਼ਾਮ ਵਾਲਾ ਬੈਚ ਲੈ ਲਓ, ਇਹ 'ਚ ਤੁਹਾਡਾ ਸਾਰਾ ਕੁਝ ਕਵਰ ਹੋਜੂ। ਬਾਕੀ ਜੇਕਰ ਤੁਸੀਂ ਹੋਰ ਬੈਚ ਲਿੱਤਾ ਉਹ 'ਚ ਵੀ ਕਵਰ ਹੋਜੂਗਾ। ਆਪਣਾ ਮੋਬਾਈਲ ਨੰਬਰ ਹੈਗਾ, ਆਹ ਆਪਣੀ ਐਪ ਆ ਰਾਜੇ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ, ਆਹ ਐਪ ਆਪਣੇ ਆਈਫੋਨ ਵਾਲੇ ਬੱਚੇ ਡਾਊਨਲੋਡ ਕਰ ਸਕਦੇ ਹੈਗੇ, ਠੀਕ ਹੈ। 100% ਰਿਜ਼ਲਟ ਹੁੰਦਾ ਆਪਣਾ, ਸਿਰਫ ਉਹੀ ਚੀਜ਼ਾਂ ਤੁਹਾਨੂੰ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਜਿਹੜੀਆਂ ਪੇਪਰ ਦੇ ਵਿੱਚ ਆਉਣਗੀਆਂ, ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਲੈਕਚਰ ਹੋਣਗੇ, ਵਿਦ PDF ਹੋਣਗੇ, ਵਿਦ ਵੀਡੀਓ ਹੋਣਗੇ, 0 ਲੈਵਲ ਤੋਂ ਕਲਾਸਾਂ ਹੋਣਗੀਆਂ। ਜੇ ਕੋਈ ਕੈਂਡੀਡੇਟ ਪਹਿਲੀ ਵਾਰ ਵੀ ਤਿਆਰੀ ਕਰਦਾ ਨਾ, ਉਹਨੂੰ ਇਹ ਨਹੀਂ ਫੀਲ ਹੋਣਾ ਕਿ ਅਸੀਂ ਤਿਆਰੀ ਕਰ ਰਹੇ, ਬਿਲਕੁਲ ਨੋਰਮਲ ਸਿਲੇਬਸ ਤੋਂ ਆਪਾਂ ਅਪਰ ਤੱਕ ਜਾਂਦੇ ਹਾਂ, ਠੀਕ ਹੈ ਜੀ। ਅਤੇ ਮੈਥ ਇੰਗਲਿਸ਼ ਤੁਹਾਨੂੰ ਪਤਾ ਕਿ ਟ੍ਰਿਕਸ ਦੇ ਨਾਲ ਹੀ ਕਰਵਾਉਣੇ ਆ ਆਪਾਂ, ਜਮਾ ਸਿਰਾ। ਮੈਂ ਗੱਲ ਕਰ ਰਿਹਾ ਰਾਜੇ ਆਹ ਭਰਤੀ ਬਾਰੇ, ਹੁਣ ਧਿਆਨ ਨਾਲ ਸੁਣ ਲਓ ਗੱਲਾਂ। ਦੇਖੋ ਜੀ, ਬਹੁਤ ਬੱਚਿਆਂ ਨੂੰ ਇਹ ਹੋ ਜਾਂਦਾ ਕਿ ਭਰਤੀ ਫੇਕ ਤਾਂ ਨਹੀਂ ਪਾਤੀ ਕਿਤੇ ਆਪਾਂ, ਨਹੀਂ ਰਾਜੇ ਆਪਾਂ ਕਦੇ ਵੀ ਆਪਣੇ ਚੈਨਲ 'ਤੇ ਕੋਈ ਵੀ ਫੇਕ ਅਪਡੇਟ ਨਹੀਂ ਪਾਉਂਦੇ ਹੁੰਦੇ, ਜਿਹੜੀ ਬਿਲਕੁਲ ਜੈਨੂਇਨ ਹੁੰਦੀ ਹੈ। ਇਹ ਜਿਹੜੀ ਖਬਰ ਦੀ ਅਖਬਾਰ ਦੀ ਕਟਿੰਗ ਹੈ ਰਾਜੇ, ਇਹ ਤੁਹਾਨੂੰ ਮੈਂ ਟੈਲੀਗ੍ਰਾਮ ਦੇ ਵਿੱਚ ਸੈਂਡ ਕਰ ਦੂੰਗਾ, ਅਖਬਾਰ ਦੀ ਕਟਿੰਗ ਵੀ ਆਪਣੇ ਕੋਲ ਹੈਗੀ ਹੈ, ਠੀਕ ਹੈ ਜੀ। ਵਿਗਿਆਪਨ ਨੰਬਰ ਵੀ ਤੁਹਾਨੂੰ ਮੈਂ ਦੱਸਿਆ ਹੋਇਆ, ਜਿੱਥੋਂ ਤੱਕ ਯੂਨੀਵਰਸਿਟੀ ਨਾਲ ਮੇਰੀ ਗੱਲ ਹੋਈ ਸੀਗੀ ਕਾਲ 'ਤੇ, ਕਿਉਂਕਿ ਇਹਦਾ ਹੈਲਪਲਾਈਨ ਨੰਬਰ ਹੈ, ਉਹ ਕਹਿੰਦੇ ਜੀ ਨੈੱਟਵਰਕ ਇਸ਼ੂ ਆ ਰਿਹਾ ਹੈਗਾ, ਨੈੱਟਵਰਕ ਇਸ਼ੂ ਕਰਕੇ ਜਾਂ ਵੈਬਸਾਈਟ ਇਸ਼ੂ ਕਰਕੇ ਜਿਹੜੀ ਇਹ ਵੈਬਸਾਈਟ ਹੈ ਤਾਂ ਨਹੀਂ ਚੱਲ ਰਹੀ, ਜਲਦ ਹੀ ਅਸੀਂ ਇਹਦੀਆਂ ਭਰਤੀਆਂ ਜਿਹੜੀਆਂ ਔਨਲਾਈਨ ਕਰ ਦਾਂਗੇ, ਠੀਕ ਹੈ ਜੀ। ਜਿਹੜੀ ਭਰਤੀ ਪਹਿਲਾਂ 11 ਤਰੀਕ ਨੂੰ ਹੋਣੀ ਸੀਗੀ ਰਾਜੇ, ਉਹਦੀ ਜਦੋਂ ਔਨਲਾਈਨ ਫਾਰਮ ਦੀ ਡੇਟ ਵਧੂਗੀ ਤਾਂ ਤੁਹਾਡੀ ਲਾਸਟ ਡੇਟ ਵੀ ਵੱਧ ਜੂਗੀ, ਠੀਕ ਹੈ ਜੀ। ਤਾਂ ਫਾਇਰਮੈਨ, ਡਰਾਈਵਰ, ਚੌਂਕੀਦਾਰ, ਮਾਲੀ, ਧੋਬੀ, ਕੁੱਕ, ਇਹਨਾਂ ਦੀਆਂ ਵਕੈਂਸੀਆਂ ਹੈਗੀਆਂ ਸਾਰੀਆਂ ਇਹ, ਠੀਕ ਹੈ ਜੀ। ਮੁੰਡੇ ਅਤੇ ਕੁੜੀਆਂ ਦੋਨੇ ਭਰ ਸਕਦੇ ਆ, ਏਜ ਤੁਹਾਨੂੰ ਵੀ ਦੱਸਤੀ ਸੀਗੀ। ਮੇਨ ਜਿਹੜਾ ਬੱਚਿਆਂ ਦੇ ਭਰਤੀ ਨੂੰ ਲੈ ਕੇ ਮੇਰੇ ਕੋਲ ਪ੍ਰੈਸ਼ਰ ਸੀਗਾ ਜੀ, ਇਹ ਫਾਰਮ ਔਨਲਾਈਨ ਕਿਉਂ ਨਹੀਂ ਹੋਏ, ਕੀ ਇਹ ਭਰਤੀ ਕੈਂਸਲ ਤਾਂ ਨਹੀਂ ਹੋ ਗਈ? ਜਿਹੜੀ ਇਹ ਭਰਤੀ ਹੈ ਫਾਇਰਮੈਨ ਦੀ, ਜਿਹੜੀ ਪਹਿਲਾਂ ਜਿਹੜੀ ਕਾਰਪੋਰੇਸ਼ਨ ਫਾਇਰਮੈਨ ਦੀ ਭਰਤੀ ਸੀ, ਉਹਦੇ ਸੰਬੰਧਿਤ ਹੁੰਦਾ ਜੀ, ਉਹ ਭਰਤੀ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਹੋਸਪਿਟਲ ਦੀ ਹੈ, ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸ ਵੱਲੋਂ ਕੱਢੀ ਗਈ ਹੈ। ਹੋਸਪਿਟਲਾਂ ਦੇ ਵਿੱਚ, ਸਰਕਾਰੀ ਹਸਪਤਾਲਾਂ ਦੇ ਵਿੱਚ ਉੱਥੇ ਫਾਇਰਮੈਨਾਂ ਦੀ ਵੀ ਜ਼ਰੂਰਤ ਹੁੰਦੀ ਹੈ, ਉੱਥੇ ਧੋਬੀਆਂ ਦੀ ਵੀ ਲੋੜ ਹੁੰਦੀ, ਉੱਥੇ ਚੌਂਕੀਦਾਰਾਂ ਦੀ ਵੀ ਲੋੜ ਹੁੰਦੀ ਹੈ, ਉਹਨਾਂ ਵਾਸਤੇ ਇਹ ਵੈਕੈਂਸੀ, ਉੱਥੇ ਡਰਾਈਵਰਾਂ ਦੀ ਵੀ ਲੋੜ ਹੁੰਦੀ ਹੈ ਐਂਬੂਲੈਂਸ ਚਲਾਉਣ ਵਾਸਤੇ, ਠੀਕ ਹੈ ਜੀ। ਭਰਤੀ ਸਾਰੀ ਇਹ ਰਾਜੇ ਸਰਕਾਰੀ ਹੈ, ਮੁੰਡੇ ਅਤੇ ਕੁੜੀਆਂ ਦੇ ਦੋਨੇ ਅਪਲਾਈ ਕਰ ਸਕਦੇ ਆ, ਪੋਸਟਾਂ ਵੱਧ ਘੱਟ ਸਕਦੇ ਆ, ਤੁਹਾਨੂੰ ਮੌਕੇ 'ਤੇ ਦੱਸੂਗਾ ਮੈਂ, ਠੀਕ ਹੈ। ਅਤੇ ਫਾਰਮ ਇਹਦੇ ਔਨਲਾਈਨ ਹੋ ਜਾਣਗੇ, ਕਿਸੇ ਵੀ ਬੱਚੇ ਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਫਾਰਮ ਕਦੋਂ ਆਉਣਗੇ ਜੀ, ਜਲਦੀ ਇਹਦੇ ਫਾਰਮ ਔਨਲਾਈਨ ਹੋ ਜਾਣਗੇ। ਬਾਕੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਿਆ ਕਰੋ ਰਾਜੇ, ਵੱਧ ਤੋਂ ਆਪਣੇ ਦੋਸਤਾਂ ਮਿੱਤਰਾਂ ਕੋਲ ਸ਼ੇਅਰ ਕਰਿਆ ਕਰੋ, ਜਾਂ ਤੁਹਾਨੂੰ ਸਹੀ ਅਪਡੇਟ ਮਿਲ ਸਕੇ। ਬਾਕੀ ਆਪਣਾ ਟੈਲੀਗ੍ਰਾਮ ਗਰੁੱਪ ਵੀ ਜੁਆਇਨ ਕਰ ਸਕਦੇ ਹੋ, ਫਰੀ ਦੇ ਵਿੱਚ ਜੁਆਇਨ ਕਰ ਸਕਦੇ ਹੋ, ਫਰੀ ਪੰਜਾਬ ਐਗਜ਼ਾਮ ਸਟੱਡੀ ਆਪਣੇ ਟੈਲੀਗ੍ਰਾਮ ਗਰੁੱਪ ਦਾ ਨੇਮ ਹੈਗਾ। ਜਿਹੜੀ ਵੀ ਭਰਤੀ ਆਪਣੇ ਚੈਨਲ 'ਤੇ ਹੋਊਗੀ ਉਹ ਬਿਲਕੁਲ 101% ਐਕੂਰੇਟ ਹੋਊਗੀ। ਤੁਹਾਨੂੰ ਮੈਂ ਇਹ ਵੀ ਦੱਸੂਗਾ ਕਿ ਭਾਈ ਇਹ ਪੰਜਾਬ ਦੀਆਂ ਵੈਕੈਂਸੀਆਂ ਕਿ ਸੈਂਟਰ ਦੀਆਂ ਵੈਕੈਂਸੀਆਂ, ਇਕੱਲੀ ਇਕੱਲੀ ਗੱਲ ਕਲੀਅਰ ਕਰਾਂਗੇ। ਇਹ ਨਹੀਂ ਹੈਗਾ ਕਿ ਉਹ ਮੂੰਹ ਚੱਕ ਆ ਜਾ ਪਾਤੀ ਜੀ ਵਿੱਚ ਗੱਲਬਾਤ ਕੋਈ ਹੁੰਦੀ ਨਹੀਂ, ਉਹ ਕੰਮ ਨਹੀਂ ਤੁਹਾਨੂੰ ਕਦੇ ਵੀ ਹੋਊਗਾ, ਠੀਕ ਹੈ। ਜਿਹੜੀ ਚੀਜ਼ ਜੈਨੂਇਨ ਹੋਊਗੀ, ਜਿਹੜੀ ਚੀਜ਼ ਬੱਚੇ ਭਰ ਸਕਦੇ, ਸਿਰਫ ਉਹੀ ਚੀਜ਼ ਬਾਰੇ ਆਪਾਂ ਦੱਸਾਂਗੇ। ਬਾਕੀ ਆਪਣੇ ਜਿੰਨਾ ਜੁੜੇ ਰਹੋ, ਜਦੋਂ ਵੀ ਇਹ ਬਾਬਾ ਫਰੀਦ ਹੈਲਥ ਯੂਨੀਵਰਸਿਟੀ ਵਾਲੇ ਫਾਰਮ ਔਨਲਾਈਨ ਹੋ ਗਏ,
ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ 'ਤੇ ਵੀਡੀਓ ਮਿਲੂਗੀ। ਜਿੰਨਾ ਚਿਰ ਮੈਂ ਤਾਂ ਆਪਣੇ ਚੈਨਲ 'ਤੇ ਵੀਡੀਓ ਨਹੀਂ ਪਾਉਂਦਾ ਉਨਾ ਟਾਈਮ ਕੋਈ ਬੱਚਾ ਇਹ ਨਾ ਕਹੇ ਜੀ ਕਿ ਭਰਤੀ ਫਾਰਮ ਔਨਲਾਈਨ ਹੋ ਗਏ ਜੀ ਫਲਾਨਾ ਅਤੇ ਮਕਾ, ਕਿਉਂਕਿ ਮੈਂ ਜਦੋਂ ਆਪਣੇ ਚੈਨਲ ਦੀ ਜ਼ਿੰਮੇਵਾਰੀ ਲੈਂਦਾ, ਜਿਹੜੀ ਚੀਜ਼ ਇਹ 'ਤੇ ਸਹੀ ਪਾਊਂਗਾ, ਜਿਹੜੀ ਚੀਜ਼ ਇਹ 'ਤੇ ਪਾਵਾਂਗੇ ਉਹ ਬਿਲਕੁਲ ਸਹੀ ਹੋਊਗੀ। ਠੀਕ ਹੈ ਜੀ, ਧੰਨਵਾਦ ਮੇਰੇ ਦੋਸਤੋ।